ਵੀ ਟੇਲਾ ਵਾਲੇ ਕਹਿੰਦੇ ਵੀ ਸਾਨੂੰ ਪਾਣੀ ਨਹੀਂ ਮਿਲਦਾ ਰਾਈਟ ਟੇਲਾ ਵਾਲੇ ਕਹਿੰਦੇ ਪਾਣੀ ਨਹੀਂ ਮਿਲਦਾ ਜਿਹੜੇ ਰਾਜਸਥਾਨ ਵਾਲੇ ਲਿਜਾ ਰਹੇ ਹੈ 445 ਕਿਲੋਮੀਟਰ ਬ੍ਰਿਕ ਲਾਈਨਿੰਗ ਕਰਕੇ 70% ਪੰਜਾਬ ਦਾ ਪਾਣੀ ਲੈ ਕੇ ਜਾ ਰਹੇ ਹੈ ਇਹਨਾਂ ਨੇ ਗਾਹ ਪਤਾ ਕੀ ਕੀਤਾ 250 ਕਿਲੋਮੀਟਰ ਲੰਮੀ ਪਾਈਪ ਲਾਈਨ ਪਾ ਕੇ 37000 ਕਰੋੜ ਦੀ ਰਿਫਾਈਨਰੀ ਨੂੰ ਪਾਣੀ 6 ਮਿਲੀਅਨ ਗੈਲਨ ਪਰ ਡੇ ਦਾ ਨਹੀਂ ਦੇਣਾ ਉਹ ਕਿਵੇਂ ਜਾਂਦੇ ਆ ਟੇਲ ਪਰ ਡੇ 250 ਕਿਲੋਮੀਟਰ ਪਾਈਪ ਲਾਈਨ ਪਾ ਕੇ ਔਰ ਉਹ ਲਿਜਾ ਰਹੇ ਉਹ ਕਿਵੇਂ ਲਿਜਾ ਰਹੇ ਉਹ ਟੇਲਾਂ ਤੋਂ ਵੀ ਗਾਹ ਟੇਲਾਂ ਦੀ ਟੇਲ ਲੈ ਕੇ ਉਹ ਤਾਂ ਕਿੱਥੋਂ ਤੱਕ ਲੈ ਗਏ 250 ਕਿਲੋਮੀਟਰ ਟੇਲਾਂ 'ਤੇ ਕਿਉਂ ਨਹੀਂ ਪਾਣੀ ਪਹੁੰਚੂਗਾ ਟੇਲਾਂ 'ਤੇ ਪਾਣੀ ਪਹੁੰਚੂਗਾ ਹੁਣ ਵੀ ਪਹੁੰਚੂਗਾ ਆਹ ਦੇਖ ਲਓ ਨਹਿਰਾਂ ਸਾਫ਼ ਕੀਤੀਆਂ ਨੇ ਇਹਨਾਂ ਜਦੋਂ ਦੀਆਂ 83 ਦੀਆਂ ਨਹਿਰਾਂ ਬਣੀਆਂ ਇਹਨੂੰ ਦੱਸਣ ਕਿੱਡੀਆਂ ਨੇ ਸਫਾਈ ਕੀਤੀ ਆ ਬਰਮ ਸਾਰੇ ਜਿਹੜੇ ਆ ਟੁੱਟੇ ਪਏ ਨੇ ਇਹ ਤਾਂ ਰਿਪੇਅਰ ਹੀ ਨਹੀਂ ਕਰਦੇ ਬਰਮ 'ਚ ਘਾਹ ਉੱਭਰਿਆ ਹੋਇਆ ਘਾਹ ਸਾਫ਼ ਕਰ ਨਹਿਰਾਂ ਨੂੰ ਤਾਂ ਸਾਫ਼ ਨਹੀਂ ਕਰਨਾ ਆਹ ਜਿਹੜੀਆਂ ਹੁਣ ਨਹਿਰਾਂ ਨੇ ਤੁਸੀਂ ਦੇਖਿਆ ਵੀ ਜਿਹੜਾ ਪਾਣੀ ਲਿਫਟ ਕਰਕੇ ਦੂਜੇ ਪਾਸੇ ਲਿਜਾ ਰਹੇ ਆ ਇਹ ਨਹਿਰਾਂ ਦੇ ਪੁੱਲ ਟੁੱਟਣ ਵਾਲੇ ਆ ਚਾਹ ਰੋਡ 'ਤੇ ਪੁੱਲ ਟੁੱਟ ਗਿਆ ਤੁਸੀਂ ਆਹ ਹੁਣ ਦੇਖੋ ਆਹ ਜਿਹੜੀ ਸੜਕ ਹੈ ਸੜਕ 'ਤੇ ਕਰੈਕ ਡਿਵੈਲਪ ਹੋ ਚੁੱਕੇ ਨੇ ਬ੍ਰਿਜਸ 'ਤੇ ਕਰੈਕ ਡਿਵੈਲਪ ਹੋ ਰਹੇ ਆ ਔਰ ਹੋ ਗਏ ਨੇ ਇਹ ਤਾਂ ਕੀ ਸੋਚਦੇ ਆ ਆਹ ਜਿਹੜੀਆਂ ਨਹਿਰਾਂ ਨੇ ਹੁਣ ਤੁਸੀਂ ਦੇਖ ਰਹੇ ਆ ਸਾਹਮਣੇ ਦੇਖੋ ਬ੍ਰਿਜਸ ਤੋਂ ਹੀ ਦੇਖ ਲਓ ਇਹਨਾਂ ਦੇ ਜਿਹੜੇ ਪੁਲ ਦੇ ਥੱਲੇ ਬਣੇ ਹੋਏ ਆ ਗੇਟ ਬਣੇ ਆ ਰਾਜਸਥਾਨ ਕਨਾਲ ਦੇ 7 ਗੇਟ ਨੇ ਅਤੇ ਆ ਜਿਹੜੇ ਸਰਹੰਦ ਫੀਡਰ ਦੇ 3 ਗੇਟ ਨੇ ਜੇ ਕੁੱਲ ਮਿਲਾ ਕੇ ਲਾ ਲਈਏ ਗੇਟਾਂ ਦੇ ਲਿਹਾਜ਼ ਨਾਲ 30% ਪਾਣੀ ਪੰਜਾਬ ਵਿੱਚ ਵਰਤਣ ਦੀ ਯੋਜਨਾ ਬਣੀ ਹੋਈ ਆ ਜਾਂ ਵਰਤਿਆ ਜਾ ਰਿਹਾ ਅਤੇ 70% ਰਾਜਸਥਾਨ ਨੂੰ ਜਾ ਰਿਹਾ ਇਹ ਰਾਜਸਥਾਨ 'ਚ 37000 ਕਰੋੜ ਦੀ ਇੱਕ ਰਿਫਾਈਨਰੀ ਲੱਗ ਰਹੀ ਆ ਜਾਂ ਲੱਗ ਗਈ ਆ ਜਾਂ ਲਾ ਰਹੇ ਨੇ ਜਿਹਦੇ ਵਿੱਚ ਕਿ ਤਕਰੀਬਨ 6 ਮਿਲੀਅਨ ਗੈਲਨ ਵਾਟਰ ਪਾਣੀ ਦਾ ਇਹ ਰਾਜਸਥਾਨ ਕਨਾਲ ਤੋਂ ਉਹਨੂੰ ਦੇਣਾ ਇਹ ਤਾਂ ਕਮਰਸ਼ਲ ਯੂਜ਼ ਹੋ ਗਿਆ ਸਾਨੂੰ ਪੀਣ ਵਾਲਾ ਪਾਣੀ ਵੀ ਨਹੀਂ ਦੇਣਾ ਕਦੇ ਇੱਥੇ ਸੀਵੇਜ ਵੀ ਨਹੀਂ ਹੋਣ ਦੇਣੀ ਔਰ ਇਹਦੇ ਥੱਲੇ ਕੀ ਕਰ ਰਹੇ ਆ ਕੰਕਰੀਟਿੰਗ ਕਰ ਰਹੇ ਆ ਉੱਪਰ ਸਿੰਥੈਟਿਕ ਲੇਅਰ ਪਾ ਰਹੇ ਆ ਜਿਹੜੀ ਕਿ ਇੰਨੀ ਸਖਤ ਹੈ ਔਰ ਉਹਦੇ 'ਤੇ ਫਿਰ ਕੰਕਰੀਟਿੰਗ ਕਰ ਰਹੇ ਆ ਪਾਣੀ ਦੀ ਟੈਪ ਵੀ ਨਹੀਂ ਥੱਲੇ ਜਾਣ ਦੇਣੀ ਇਹ ਏਰੀਏ 'ਚ ਬਾਰਿਸ਼ਾਂ ਤਾਂ ਹੁੰਦੀਆਂ ਨਹੀਂ ਸਬਸਾਇਲ ਵਾਟਰ ਪੀਣ ਯੋਗ ਨਹੀਂ ਕੌੜਾ ਪਾਣੀ ਹੈ ਔਰ ਜਿਹੜਾ ਸੀਵੇਜ ਹੋਣ ਨਹੀਂ ਦੇਣੀ ਅਤੇ ਫਿਰ ਇਹ ਜੀਵਨ ਨੂੰ ਖਤਮ ਕਰਨਾ ਇਹ ਪਾਣੀ ਕੋਈ ਥੱਲੇ ਜ਼ਮੀਨ ਦਾ ਪਾਣੀ ਨਹੀਂ ਇਹ ਤਾਂ ਬਰਫ਼ ਦਾ ਪਾਣੀ ਪਿਘਲਿਆ ਹੋਇਆ ਜਾਂ ਨਹਿਰਾਂ ਦਾ ਬਾਰਿਸ਼ ਦਾ ਪਾਣੀ ਹੈ ਇਹ ਕੈਚਮੈਂਟ ਏਰੀਆ ਪੰਜਾਬ ਦੇ ਏਰੀਏ ਦਾ ਹੈ ਇੱਥੋਂ ਪਾਣੀ ਲੁਟਾਇਆ ਜਾ ਰਿਹਾ ਜਿਹੜਾ ਕਿ ਰਿਪੇਰੀਅਰ ਲਾ ਦੇ ਮੁਤਾਬਕ ਵੀ ਨਹੀਂ ਬਣਦਾ ਇਹ ਤਾਂ ਹੱਕ ਹੈ ਸਾਡਾ ਸਾਡੀ ਜ਼ਮੀਨ ਤੋਂ ਸਾਡੇ ਘਰੋਂ ਸਾਡੇ ਹਾਰਟ ਆਫ ਦੀ ਪੰਜਾਬ 'ਚੋਂ ਪਾਣੀ ਲੁੱਟਿਆ ਜਾ ਰਿਹਾ ਅਤੇ ਇਹਨੂੰ ਲੁੱਟਦੇ ਨੂੰ ਦੇਖਿਆ ਜਾ ਰਿਹਾ ਕਰਾਂਗੇ ਪਾਣੀ ਪੀਵਾਂਗੇ ਕਿ ਨਹਾਵਾਂਗੇ ਕਿ ਪਸ਼ੂਆਂ ਨੂੰ ਪਿਆਵਾਂਗੇ ਕਿ ਫਸਲਾਂ ਨੂੰ ਲਾਵਾਂਗੇ ਇਹਨਾਂ ਦਾ ਇਸ ਕਰਕੇ ਮੇਰਾ ਥੋੜ੍ਹਾ ਇਮੋਸ਼ਨਲ ਹੋ ਗਿਆ ਕਿਉਂਕਿ ਪਾਣੀ ਦਾ ਮਸਲਾ ਜੀਵਨ ਹੈ ਔਰ ਸ਼ਹਿਰ ਹੋਵੇ ਪਿੰਡ ਹੋਵੇ ਜੀਵਨ ਹੈ ਇਸ ਕਰਕੇ ਜਿਹੜਾ ਰਾਜਸਥਾਨ ਕਨਾਲ ਹੈ ਮੈਂ ਅੱਜ ਦਾ ਜਿਹੜਾ ਰੀਮੋਡਲਿੰਗ ਦਾ ਇਸ਼ੂ ਹੈ ਉਸ 'ਤੇ ਬੜਾ ਮੇਰਾ ਸੀਰੀਅਸ ਹੈ ਥਿੰਕਿੰਗ ਕਿ ਰੀਮੋਡਲਿੰਗ ਨਹੀਂ ਹੋਣੀ ਚਾਹੀਦੀ ਇਹ ਜਿਹੜਾ ਜੀਵਨ ਖਤਮ ਕਰ ਰਹੇ ਆ ਪਾਪ ਕਰ ਰਹੇ ਆ ਇਹਨੂੰ ਲੜਨਾ ਨਹੀਂ ਕਿਹਾ ਜਾ ਸਕਦਾ ਬਚਣ ਲਈ ਦੇ ਸ਼ਿਵਾ ਪਰਮੋਹੇ ਹੈ ਸ਼ੁਭ ਕਰਮਣ ਦੇ ਕਬੂ ਨਾ ਟਰੋ ਨਾ ਟਰੋ ਔਰ ਸਿਉਂ ਜਬ ਜਾਏ ਲਰੋ ਨਿਸ਼ਚਾ ਕਰ ਆਪਣੀ ਜੀਤ ਕਰੋ ਇਹ ਆਪਣਾ ਕੋਈ ਹੱਕ ਨਹੀਂ ਬਚਣ ਲਈ ਸਰਵਾਈਵ ਕਰਨ ਲਈ ਸਟਰਗਲ ਹਰ ਕੋਈ ਕਰਦਾ ਇਹ ਸਟਰਗਲ ਹੈ ਇਹ ਪਾਣੀ ਰਾਜਸਥਾਨ ਨੂੰ ਬਹੁਤ ਜ਼ਿਆਦਾ ਪਾਣੀ ਜਾ ਰਿਹਾ ਹੈ 6.25 ਮੀਟਰ ਡੂੰਘੀ ਨਹਿਰ ਹੈ ਅਤੇ ਜਿਹਦਾ ਕਿ ਥੱਲੇ ਜਿਹੜਾ ਧਰਾਤਲਾ ਤਕਰੀਬਨ 38 ਮੀਟਰ ਹੈ ਔਰ ਇਹ ਇੰਨੀ ਚੌੜੀ ਹੈ ਇੰਨਾ ਪਾਣੀ ਛੱਡਿਆ ਜਾ ਰਿਹਾ ਹੈ ਕਿ ਇਹ ਪਾਣੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਬਣਿਆ ਹੋਇਆ ਜ਼ਮੀਨ 'ਤੇ ਕਿ ਜ਼ਮੀਨ ਦੀ ਸਤਹਿ ਜਿਹੜੀ ਕਿ ਅੰਦਾਜ਼ਨ 445 ਕਿਲੋਮੀਟਰ ਲੰਬੀ ਲਾਈਨ ਇਹ ਹੈਗੀ ਹੈ ਨਹਿਰ ਹੈ ਹਰੀਕੇ ਪਤਨ ਤੋਂ ਜੋ ਨਿਕਲਦੀ ਹੈ ਪੰਜਾਬ ਦੇ ਏਰੀਏ 'ਚ ਜਾ ਰਹੀ ਹੈ ਇਹ ਇੰਨਾ ਪਾਣੀ ਪ੍ਰੈਸ਼ਰਾਈਜ਼ ਕਰਕੇ ਜਾ ਰਿਹਾ ਹੈ ਔਰ ਇਹ ਪਾਣੀ ਦਾ ਦੇਖੋ ਜ਼ਮੀਨ ਦੀ ਸਤਹਿ ਥਾਂ ਥਾਂ ਤੋਂ ਬਦਲਦੀ ਆ ਕਿਤੇ ਨਰਮ ਜ਼ਮੀਨ ਆ ਕਿਤੇ ਭਾਰੀ ਜ਼ਮੀਨ ਆ ਭਾਰੀ ਜ਼ਮੀਨ ਤਾਂ ਇੰਨਾ ਪਾਣੀ ਸਹਿ ਲੂ ਨਰਮ ਜ਼ਮੀਨ 'ਤੇ ਇਹਦਾ ਧੱਕਾ ਪੈਣਾ ਹੀ ਪੈਣਾ ਇਸ ਨਹਿਰ ਦਾ ਪਾਣੀ ਸਰਹੰਦ ਨਹਿਰ ਦਾ ਪਾਣੀ ਪੁੱਟ ਕੇ ਆਹ ਦੇਖੋ ਦੂਜੇ ਪਾਸੇ ਰਾਜਸਥਾਨ ਕਨਾਲ ਦੇ ਉੱਪਰ ਦੀ ਪੁਲਾਂ ਦੇ ਉੱਤੋਂ ਦੀ ਪਾਈਪਾਂ ਪਾ ਕੇ ਲਿਜਾ ਕੇ ਉਤਰ ਜਾ ਰਹੇ ਇਸ ਨਹਿਰ ਦੇ ਆਪਾਂ ਕਹਿ ਲਈਏ ਕਿ ਈਸਟ ਵਾਲੇ ਪਾਸੇ ਪਾਣੀ ਦੀ ਇਰੀਗੇਸ਼ਨ ਜਿਹੜੀ ਕਿ ਰਾਜਸਥਾਨ ਕਨਾਲ ਤੋਂ ਹੋਣੀ ਚਾਹੀਦੀ ਹੈ ਉਹ ਇਸ ਪੰਪ ਤੋਂ ਇੱਧਰੋਂ ਲਿਫਟ ਕਰਕੇ ਜਾ ਰਹੇ ਨਾਲੇ ਦੀ ਸਮਰੱਥਾ 30% ਆ ਉਹਦੀ 70% ਹੈ
क्यों नहीं मेरा पानी मेरे इरीगेशन या मेरे उस एरिए जिथे कि पीने वाला पानी भी है नहीं। दुनिया देख रहे सारे दर्शकों का स्वागत है। पूरी दुनिया के असी वेख रहे हैं कि पानी की लोग जदोजहद कर रहे हैं। पंजाब भावें कि पंजा दरियावां की धरती कही जाती है पर इत्थे भी पानी का एक गंभीर संकट खड़ा हो रहा। पिछले लंबे समय तो आप भावें ग्रीन रेवोल्यूशन की गल कर लीए उस तो बाद जो झोने की फसल आती है तो लगातार पंजाब के जमीनी पानी का पद्धर गिर रहा तो लोग मंग कर रहे हैं कि सानू पंजाब का नहरी पानी मिलना चाहिए। पंजाब के किसान संगठन खास करके पंजाब के शहरी लोग भी हुण इस लड़ाई दे विच कुद पए ने कि सानू जिहड़ा साडा पानी वह बणदा हिस्सा मिलना चाहिए। दोष यह लगता सरकारां ते कि पंजाब का बणदा हक आ जिहड़ा पानी आ वह होर सूबयां नू जा रहा। यह सारी सच्चाई की आ इस तो अगे एक नवा मसला आ गया कि नहरां पक्कियां कीतियां जा रहियां ने। इस ते आपां गल्लबात करांगे। साडे नाल ने हरिंदर सिंह बराड़ जी साबका चेयरमैन ने पंजाब स्टेट इलैक्ट्रिसिटी बोर्ड के जिहड़ा कि हुण PSPCL हो चुका। बराड़ साहब स्वागत है जी। बहुत बहुत श्रोता जनां नूं मेरे वल्लों फतेह प्रवान होवे। वाहिगुरू जी का खालसा वाहिगुरू जी की फतेह। जिवें कि पानी का मसला जज पंजाब सामने खड़ा जी तो लोगों वल्लों ये दोष लगाया जांदा कि पंजाब का जिहड़ा पानी आ बणदा हक आ ਉਹ ਪੰਜਾਬ ਨੂੰ ਤਾਂ ਮਿਲ ਨਹੀਂ ਰਿਹਾ ਆਪਦੇ ਲੋਕਾਂ ਨੂੰ ਨਹੀਂ ਮਿਲ ਰਿਹਾ ਦੂਜੇ ਸੂਬਿਆਂ ਤੱਕ ਪਹੁੰਚ ਰਿਹਾ ਇਹਨੂੰ ਕਿਵੇਂ ਦੇਖ ਰਹੇ ਹੋ? ਦੇਖੋ ਇਹ ਸੱਚਾਈ ਹੈ। ਪੰਜਾਬ ਦੇ ਲੋਕ ਜੋ ਬਿਆਨ ਕਰ ਰਹੇ ਉਹ ਸੱਚਾਈ ਹੈ। ਲੋਕ ਕਦੇ ਗਲਤ ਨਹੀਂ ਹੁੰਦੇ। ਲੋਕਾਂ ਦੀਆਂ ਭਾਵਨਾਵਾਂ ਨੂੰ ਜਦੋਂ ਠੇਸ ਪਹੁੰਚਦੀ ਹੈ ਲੋਕ ਉਦੋਂ ਉੱਠਦੇ ਆ। ਨਾਰਮਲ ਕੋਰਸ 'ਚ ਤਾਂ ਇਹ ਕਿਹਾ ਜਾਂਦਾ ਕਿ ਲੋਕਾਂ ਦੇ ਨੁਮਾਇੰਦੇ ਆ ਜਿਹੜੇ ਉਹ ਸਮਝਦੇ ਨੇ ਕਿ ਆਪੋ ਆਪਣੇ ਏਰੀਏ ਦਾ ਹੱਕ ਜਾਂ ਹੱਕ ਨਹੀਂ ਆਪੋ ਆਪਣੇ ਏਰੀਏ ਦੀਆਂ ਪ੍ਰੋਬਲਮ ਜਾਂ ਉਹਨਾਂ ਨੂੰ ਕੀ ਮੁਸ਼ਕਿਲ ਆ ਰਹੀਆਂ ਉਹਨਾਂ ਦੇ ਹੱਲ ਲਈ ਸਰਕਾਰ ਵਿੱਚ ਬੈਠ ਕੇ ਇਹਦਾ ਹੱਲ ਕੀਤਾ ਜਾਵੇ। ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਸਭ ਤੋਂ ਮੁੱਢਲੀ ਲੋੜ ਜਿਹੜਾ ਪੀਣ ਵਾਲਾ ਪਾਣੀ ਹੈ ਇਸ ਲਈ ਵੀ ਸਾਨੂੰ ਸਰਕਾਰ ਤੋਂ ਮੰਗ ਕਰਨੀ ਪੈ ਰਹੀ ਹੈ। ਜਿਹੜੀ ਕਿ ਮੰਗ ਨਹੀਂ ਇਹ ਤਾਂ ਨਸੈਸਿਟੀ ਹੈ। ਇਸ ਨਸੈਸਿਟੀ ਨੂੰ ਪੂਰਤੀ ਲਈ ਸਾਨੂੰ ਜਦੋਜਹਿਦ ਕਰਨੀ ਪੈ ਰਹੀ ਹੈ। ਜਿਸ ਤਰ੍ਹਾਂ ਹੁਣ ਫਰੀਦਕੋਟ ਵਿੱਚ ਮੈਂ ਫਰੀਦਕੋਟ ਦਾ ਨਿਵਾਸੀ ਹਾਂ ਇੱਥੇ ਇੱਕ ਇਹ ਮੰਗ ਉੱਠੀ ਹੈ ਜਿਸ ਤਰ੍ਹਾਂ ਤੁਸੀਂ ਜਲ ਜੀਵਨ ਬਚਾਓ ਮੋਰਚੇ ਦਾ ਜ਼ਿਕਰ ਕੀਤਾ। ਇਹ ਮੰਗ ਕੋਈ ਮੰਗ ਨਹੀਂ ਇਹ ਮੰਗ ਜੀਵਨ ਲਈ ਲੋੜ ਹੈ ਪਾਣੀ ਦੀ ਅਤੇ ਉਹ ਪਾਣੀ ਇਹਨਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਤਾ ਨਹੀਂ ਕਿਉਂ ਵੇਸਲੇ ਹੋ ਕੇ ਖੋ ਰਹੇ ਨੇ। ਜਿਵੇਂ ਆਪਾਂ ਦੇਖਦੇ ਹਾਂ ਕਿ ਦੋ ਨਹਿਰਾਂ ਲੰਘਦੀਆਂ ਨੇ ਫਰੀਦਕੋਟ ਸ਼ਹਿਰ ਦੇ ਵਿੱਚੋਂ, ਇੱਕ ਸਰਹੰਦ ਫੀਡਰ ਕਿਹਾ ਜਾਂਦਾ ਇੱਕ ਰਾਜਸਥਾਨ ਫੀਡਰ ਆ ਅਤੇ ਦੋਨਾਂ ਵਿੱਚ ਜੇ ਆਪਾਂ ਦੇਖ ਵੀ ਲਈਏ ਤਾਂ ਕਿੰਨਾ ਕੁ ਫਰਕ ਲੱਗਦਾ ਕਿ ਪਾਣੀ ਪੰਜਾਬ ਦੇ ਲੋਕਾਂ ਨੂੰ ਮਿਲ ਰਿਹਾ ਜਾਂ ਲਟਾਇਆ ਜਾ ਰਿਹਾ? ਦੇਖੋ ਆਹ ਜਿਹੜੀਆਂ ਨਹਿਰਾਂ ਨੇ ਹੁਣ ਤੁਸੀਂ ਦੇਖ ਰਹੇ ਹਾਂ ਸਾਹਮਣੇ ਦੇਖੋ ਬ੍ਰਿਜਸ ਤੋਂ ਹੀ ਦੇਖ ਲਓ ਇਹਨਾਂ ਦੇ ਜਿਹੜੇ ਪੁਲ ਦੇ ਥੱਲੇ ਬਣੇ ਹੋਏ ਆ ਗੇਟ ਬਣੇ ਆ। ਰਾਜਸਥਾਨ ਕਨਾਲ ਦੇ 7 ਗੇਟ ਨੇ ਅਤੇ ਆ ਜਿਹੜਾ ਸਰਹੰਦ ਫੀਡਰ ਦੇ 3 ਗੇਟ ਨੇ। ਜੇ ਕੁੱਲ ਮਿਲਾ ਕੇ ਲਾ ਲਈਏ ਗੇਟਾਂ ਦੇ ਲਿਹਾਜ਼ ਨਾਲ 30% ਪਾਣੀ ਪੰਜਾਬ ਵਿੱਚ ਵਰਤਣ ਦੀ ਯੋਜਨਾ ਬਣੀ ਹੋਈ ਆ ਜਾਂ ਵਰਤਿਆ ਜਾ ਰਿਹਾ ਅਤੇ 70% ਰਾਜਸਥਾਨ ਨੂੰ ਜਾ ਰਿਹਾ। ਜਿਹੜਾ ਕਿ ਇਹ ਜਿਹੜੀਆਂ ਦੋਨੋਂ ਨਹਿਰਾਂ ਹਰੀਕੇ ਪੱਤਣ ਤੋਂ ਜਿਹਨੂੰ ਅਸੀਂ ਹਰੀਕੇ ਪੱਤਣ ਕਹਿੰਦੇ ਹਰੀਕੇ ਤੋਂ ਨਿਕਲਦੀਆਂ ਨੇ ਉਹ ਕੈਚਮੈਂਟ ਏਰੀਆ ਹਰੀਕੇ ਪੱਤਣ ਤੱਕ ਜਿਹੜਾ ਪਿੱਛੋਂ ਪੰਜਾਬ ਦਾ ਹਜ਼ਾਰਾਂ ਏਕੜ ਦਾ ਕੈਚਮੈਂਟ ਏਰੀਏ 'ਚ ਪਾਣੀ ਹੈ। ਇਹ ਪਾਣੀ ਕੋਈ ਥੱਲੇ ਜ਼ਮੀਨ ਦਾ ਪਾਣੀ ਨਹੀਂ, ਇਹ ਤਾਂ ਬਰਫ਼ ਦਾ ਪਾਣੀ ਪਿਘਲਿਆ ਹੋਇਆ ਜਾਂ ਨਹਿਰਾਂ ਦਾ ਬਾਰਿਸ਼ ਦਾ ਪਾਣੀ ਹੈ। ਇਹ ਕੈਚਮੈਂਟ ਏਰੀਆ ਪੰਜਾਬ ਦੇ ਏਰੀਏ ਦਾ ਹੈ, ਇੱਥੋਂ ਪਾਣੀ ਲੁਟਾਇਆ ਜਾ ਰਿਹਾ। ਜਿਹੜਾ ਕਿ ਰਿਪੇਰੀਅਨ ਲਾਅ ਦੇ ਮੁਤਾਬਕ ਵੀ ਨਹੀਂ ਬਣਦਾ, ਇਹ ਤਾਂ ਹੱਕ ਆ ਸਾਡਾ, ਸਾਡੀ ਜ਼ਮੀਨ ਤੋਂ, ਸਾਡੇ ਘਰੋਂ, ਸਾਡੇ ਹਾਰਟ ਆਫ ਦੀ ਪੰਜਾਬ 'ਚੋਂ ਪਾਣੀ ਲੁੱਟਿਆ ਜਾ ਰਿਹਾ ਅਤੇ ਇਹਨੂੰ ਲੁੱਟਦੇ ਨੂੰ ਦੇਖਿਆ ਜਾ ਰਿਹਾ। ਜਿਹੜਾ ਕਿ ਹੁਣ ਬੀਇੰਗ ਸੀਨੀਅਰ ਸਿਟੀਜ਼ਨ ਮੈਂ ਹਰ ਰੋਜ਼ ਹੀ ਨਹਿਰਾਂ 'ਤੇ ਸੈਰ ਕਰਨ ਆਉਂਦਾ ਔਰ ਦੇਖਦਾ ਕਿ ਇਹ ਬੜਾ ਹੀ ਮੰਦਭਾਗਾ ਐਕਸ਼ਨ ਆ ਜਿਹੜਾ ਕਿ ਪੰਜਾਬ ਸਰਕਾਰ ਨੂੰ ਇਹਦੇ 'ਤੇ ਧਿਆਨ ਦੇਣ ਦੀ ਲੋੜ ਹੈ। ਇੱਕ ਗੱਲ ਆਪਾਂ ਹੋਰ ਵੇਖ ਰਹੇ ਸੀਗਾ ਜਦੋਂ ਆਪਾਂ ਆਏ ਹਾਂ ਕਿਸ ਤਰੀਕੇ ਦੇ ਨਾਲ ਕਿ ਸਰਹੰਦ ਨਹਿਰ ਦੇ ਵਿੱਚ ਪਾਣੀ ਦਾ ਲੈਵਲ ਕੁਝ ਹੋਰ ਹੈ, ਰਾਜਸਥਾਨ ਦੇ ਵਿੱਚ ਕੁਝ ਹੋਰ ਹੈ। ਦੇਖੋ ਇਹ ਪਾਣੀ ਰਾਜਸਥਾਨ ਨੂੰ ਬਹੁਤ ਜ਼ਿਆਦਾ ਪਾਣੀ ਜਾ ਰਿਹਾ। ਇਹ 6.25 meter ਡੂੰਘੀ ਨਹਿਰ ਹੈ ਅਤੇ ਜਿਹਦਾ ਕਿ ਥੱਲੇ ਜਿਹੜਾ ਧਰਾਤਲਾ ਤਕਰੀਬਨ 38 meter ਹੈ ਔਰ ਇਹ ਇੰਨੀ ਚੌੜੀ ਹੈ, ਇੰਨਾ ਪਾਣੀ ਛੱਡਿਆ ਜਾ ਰਿਹਾ ਕਿ ਇਹ ਪਾਣੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਬਣਿਆ ਹੋਇਆ ਜ਼ਮੀਨ 'ਤੇ ਕਿ ਜ਼ਮੀਨ ਦੀ ਸਤਹਿ ਜਿਹੜੀ ਕਿ ਅੰਦਾਜ਼ਨ 445 kilometer ਲੰਮੀ ਲਾਈਨ ਇਹ ਹੈਗੀ ਆ ਨਹਿਰ ਹੈ ਹਰੀਕੇ ਪਤਣ ਤੋਂ ਜੋ ਨਿਕਲਦੀ ਹੈ ਪੰਜਾਬ ਦੇ ਏਰੀਏ 'ਚ ਜਾ ਰਹੀ ਹੈ, ਇਹ ਇੰਨਾ ਪਾਣੀ ਪ੍ਰੈਸ਼ਰਾਈਜ਼ ਕਰਕੇ ਜਾ ਰਿਹਾ ਹੈ ਔਰ ਇਹ ਪਾਣੀ ਦਾ ਦੇਖੋ ਜ਼ਮੀਨ ਦੀ ਸਤਹਿ ਥਾਂ ਥਾਂ ਤੋਂ ਬਦਲਦੀ ਆ। ਕਿਤੇ ਨਰਮ ਜ਼ਮੀਨ ਆ, ਕਿਤੇ ਭਾਰੀ ਜ਼ਮੀਨ ਆ। ਭਾਰੀ ਜ਼ਮੀਨ ਤਾਂ ਇੰਨਾ ਪਾਣੀ ਸਹਿ ਲੂ, ਨਰਮ ਜ਼ਮੀਨ 'ਤੇ ਇਹਦਾ ਧੱਕਾ ਪੈਣਾ ਹੀ ਪੈਣਾ ਔਰ ਇਹ ਜਿਹੜਾ ਇਹਨਾਂ ਦਾ ਕਰ ਰਹੇ ਆ ਨਾ ਇਹ ਪਾਣੀ ਲਿਜਾ ਰਹੇ ਆ ਇਹ ਸਮਰੱਥਾ ਮੁਤਾਬਕ ਹੀ ਹੈ। ਜਿਵੇਂ ਆਪਾਂ ਟਾਇਰ ਲਾ ਲਓ, ਸਕੂਟਰ ਦੇ ਟਾਇਰ 'ਚ ਹਵਾ ਘੱਟ ਆ, ਉਹ ਭਾਰ ਘੱਟ ਲਊਗਾ ਕਾਰ ਦਾ, ਉਦੋਂ ਵੱਧ ਲਊ ਟਰੱਕ ਦਾ, ਉਦੋਂ ਇਹਨਾਂ ਨੂੰ ਤਾਂ ਜਮਾਂ ਹੀ ਜੜ ਘੱਟਤੀ।
ਬਣਿਆ ਤੜਿਆ ਪੂਰਾ ਇੰਨਾ ਪਾਣੀ ਦਾ ਭਾਰ ਪਾਇਆ ਹੋਇਆ, ਜਦੋਂ ਕਿ ਇਹ ਪਾਣੀ ਪੰਜਾਬ ਦਾ, ਪੰਜਾਬ ਦੀ ਇਰੀਗੇਸ਼ਨ ਨੂੰ ਸੰਬੰਧਿਤ ਹੋਣਾ ਚਾਹੀਦਾ। ਅਤੇ ਆਹ ਤੁਸੀਂ ਸਾਹਮਣੇ ਦੇਖ ਲਓ, ਆਹ ਜਿਹੜੇ ਸਾਡੇ ਲਿਫਟ ਪੰਪ ਇਰੀਗੇਸ਼ਨ ਲਈ ਲਾਏ ਹੋਏ ਆ, ਇਸ ਨਹਿਰ ਦਾ ਪਾਣੀ, ਸਰਹੰਦ ਨਹਿਰ ਦਾ ਪਾਣੀ ਪੁੱਟ ਕੇ ਆਹ ਦੇਖੋ ਦੂਜੇ ਪਾਸੇ ਰਾਜਸਥਾਨ ਕਨਾਲ ਦੇ ਉੱਪਰ ਦੀ ਪੁਲਾਂ ਦੇ ਉੱਤੋਂ ਦੀ ਪਾਈਪਾਂ ਪਾ ਕੇ ਲਿਜਾ ਕੇ ਉੱਧਰ ਜਾ ਰਹੇ। ਇਸ ਨਹਿਰ ਦੇ ਆਪਾਂ ਕਹਿ ਲਈਏ ਕਿ ਈਸਟ ਵਾਲੇ ਪਾਸੇ ਪਾਣੀ ਦੀ ਇਰੀਗੇਸ਼ਨ ਜਿਹੜੀ ਕਿ ਰਾਜਸਥਾਨ ਕਨਾਲ ਤੋਂ ਹੋਣੀ ਚਾਹੀਦੀ ਹੈ, ਉਹ ਇਸ ਪੰਪ ਤੋਂ ਇੱਧਰੋਂ ਲਿਫਟ ਕਰਕੇ ਜਾ ਰਹੇ। ਨਾਲੇ ਦੀ ਸਮਰੱਥਾ 30% ਆ, ਉਹਦੀ 70% ਹੈ। ਕਿਉਂ ਨਹੀਂ ਮੇਰਾ ਪਾਣੀ ਮੇਰੇ ਇਰੀਗੇਸ਼ਨ ਨੂੰ ਜਾਂ ਮੇਰੇ ਉਸ ਏਰੀਏ ਨੂੰ ਜਿੱਥੇ ਕਿ ਪੀਣ ਵਾਲਾ ਪਾਣੀ ਵੀ ਹੈ ਨਹੀਂ। ਔਰ ਇਹ ਜਿਹੜੀ ਹੈ ਸੀਪੇਜ ਹੈ, ਜਿਹੜਾ ਹੁਣ ਇਹਨਾਂ ਦਾ ਕਦਮ ਆ, ਉਹ ਤਾਂ ਸੀਪੇਜ ਹੀ ਬੰਦ ਕਰ ਰਿਹਾ ਜੀ। ਬਿਲਕੁਲ, ਮੈਂ ਉਸੇ 'ਤੇ ਆਉਣਾ ਚਾਹੁੰਦਾ ਸੀਗਾ। ਹੁਣ ਜਿਹੜਾ ਸਰਕਾਰ ਵੱਲੋਂ ਕਦਮ ਪੁੱਟਿਆ ਜਾ ਰਿਹਾ, ਸ਼ਹਿਰੀ ਲੋਕ ਉਹਦੇ ਖਿਲਾਫ਼ ਵੀ ਹੋਏ ਨੇ ਕਿ ਨਹਿਰਾਂ ਪੱਕੀਆਂ ਕੀਤੀਆਂ ਜਾ ਰਹੀਆਂ ਨੇ, ਦੋਹੀਂ ਸਰਹੰਦ ਨਹਿਰ ਵੀ ਰਾਜਸਥਾਨ ਨਹਿਰ ਵੀ, ਉਹ ਕਿਸ ਢੰਗ ਨਾਲ ਪੱਕੀਆਂ ਕੀਤੀਆਂ ਜਾਣਗੀਆਂ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ? ਦੇਖੋ, ਇਹ ਨਹਿਰਾਂ ਪੱਕੀਆਂ ਨਹੀਂ ਕੀਤੀਆਂ ਜਾ ਰਹੀਆਂ, ਨਹਿਰਾਂ 'ਤੇ ਪਹਿਲਾਂ ਬ੍ਰਿਕ ਲਾਈਨਿੰਗ ਹੋਈ ਹੋਈ ਹੈ। ਇਹ ਜਿਹੜਾ ਨੋਰਮਲ ਫੀਚਰ ਹੈ ਕਿ ਜੇ ਕਿਤੇ ਨੂੰ ਪਾਣੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ, ਇਸ ਤਰੀਕੇ ਨਾਲ ਲਗਾਇਆ ਜਾਂਦਾ ਕਿ ਉਹ ਪਾਣੀ ਜੇ ਉਸ ਏਰੀਏ 'ਚ ਵੀ ਲੰਘੇ ਵੀ, ਉੱਥੇ ਪੀਣ ਵਾਲੇ ਪਾਣੀ ਦੀ ਸੀਪੇਜ ਵੀ ਹੋਈ ਜਾਵੇ। ਆ ਪਹਿਲਾਂ ਹੁੰਦੀ ਸੀ, ਇਹ 1983 ਤੋਂ ਚੱਲਦੀਆਂ ਨੇ ਅਤੇ ਅੱਜ 22-23 ਆ ਗਿਆ। ਕਿੰਨੇ ਸਾਲ ਹੋ ਗਏ ਇਹ? 27 ਅਤੇ 23, 50 ਸਾਲ ਹੋ ਗਏ। ਅੱਜ ਇਹਨਾਂ ਨੂੰ ਯਾਦ ਆਇਆ, ਅੱਜ ਇਹਨਾਂ ਨੂੰ ਯਾਦ ਆ ਰਿਹਾ ਹੈ, ਕਿਉਂਕਿ ਰਾਜਸਥਾਨ 'ਚ 37,000 ਕਰੋੜ ਦੀ ਇੱਕ ਰਿਫਾਈਨਰੀ ਲੱਗ ਰਹੀ ਆ, ਜਾਂ ਲੱਗ ਗਈ ਆ, ਜਾਂ ਲਾ ਰਹੇ ਨੇ, ਜਿਹਦੇ ਵਿੱਚ ਕਿ ਤਕਰੀਬਨ 6 ਮਿਲੀਅਨ ਗੈਲਨ ਵਾਟਰ ਪਾਣੀ ਦਾ ਇਹ ਰਾਜਸਥਾਨ ਕਨਾਲ ਤੋਂ ਉਹਨੂੰ ਦੇਣਾ। ਇਹ ਤਾਂ ਕਮਰਸ਼ਲ ਯੂਜ਼ ਹੋ ਗਿਆ, ਸਾਨੂੰ ਪੀਣ ਵਾਲਾ ਪਾਣੀ ਵੀ ਨਹੀਂ ਦੇਣਾ, ਕਦੇ ਇੱਥੇ ਸੀਪੇਜ ਵੀ ਨਹੀਂ ਹੋਣ ਦੇਣੀ। ਔਰ ਇਹਦੇ ਥੱਲੇ ਕੀ ਕਰ ਰਹੇ ਆ? ਕੰਕਰੀਟਿੰਗ ਕਰ ਰਹੇ ਆ, ਉੱਪਰ ਸਿੰਥੈਟਿਕ ਲੇਅਰ ਪਾ ਰਹੇ ਆ ਜਿਹੜੀ ਕਿ ਇੰਨੀ ਸਖਤ ਹੈ, ਔਰ ਉਹਦੇ 'ਤੇ ਫਿਰ ਕੰਕਰੀਟਿੰਗ ਕਰ ਰਹੇ ਆ, ਪਾਣੀ ਦੀ ਤਿੱਪ ਵੀ ਨਹੀਂ ਥੱਲੇ ਜਾਣ ਦੇਣੀ। ਇਹ ਏਰੀਏ 'ਚ ਬਾਰਿਸ਼ਾਂ ਤਾਂ ਹੁੰਦੀਆਂ ਨਹੀਂ, ਸਬਸਾਇਲ ਵਾਟਰ ਪੀਣ ਯੋਗ ਨਹੀਂ, ਕੌੜਾ ਪਾਣੀ ਹੈ, ਔਰ ਜਿਹੜਾ ਸੀਪੇਜ ਹੋਣ ਨਹੀਂ ਦੇਣੀ, ਅਤੇ ਫਿਰ ਇਹ ਜੀਵਨ ਨੂੰ ਹੀ ਖਤਮ ਕਰਨਾ। ਕਿਉਂ? ਜੇਕਰ ਸੀਪੇਜ ਨਹੀਂ ਹੋਵੇਗੀ, ਕੀ ਸਿੱਟੇ ਨਿਕਲਣਗੇ? ਜੇਕਰ ਪਾਣੀ ਨਹਿਰਾਂ ਤਾਂ ਹੀ ਜੇ ਪੱਕੇ ਹੁੰਦੀਆਂ ਨੇ ਨਹਿਰਾਂ, ਪਾਣੀ ਸੀਪੇਜ ਨਹੀਂ ਹੁੰਦਾ, ਫਿਰ ਸਿੱਟੇ ਕੀ ਨਿਕਲਣਗੇ? ਸਿੱਟੇ ਤਾਂ ਗੰਭੀਰ ਆ, ਸਾਹਮਣੀ ਹੈ। ਸਬਸੋਇਲ ਵਾਟਰ ਕੌੜਾ ਹੈ, ਹਾਰਡ ਵਾਟਰ ਹੈ, ਪੀਣ ਯੋਗ ਨਹੀਂ, ਨਾ ਹੀ ਫਸਲਾਂ ਦੇ ਸਮਰੱਥ ਹੈ, ਫਸਲਾਂ ਨੂੰ ਪਾਲਣ ਦੇ ਸਮਰੱਥ ਹੈ, ਲੋਕਾਂ ਦਾ ਜੀਵਨ ਤਬਾਹ ਕਰਨ ਲੱਗੇ ਨੇ। ਇਹ ਕਿਹੜੀ ਦਿਸ਼ਾ ਨੂੰ ਜਾ ਰਹੇ ਨੇ? ਕਿਉਂ ਇਹ ਸਿੰਥੈਟਿਕ ਕਰ ਰਹੇ ਨੇ? ਕਿਉਂ ਕੰਕਰੀਟਿੰਗ ਕਰ ਰਹੇ ਆ? ਕੀ ਮੌਜੂਦਾ ਜਿਹੜੀ ਹੁਣ ਨਹਿਰਾਂ, ਇਹਨਾਂ 'ਚ ਇਹਨਾਂ ਨੂੰ ਕੀ ਦਿੱਕਤ ਆ ਗਈ? ਇਹ ਰੀਮੋਡਲਿੰਗ ਕਰ ਰਹੇ ਆ, ਇਹ ਕੋਈ ਕੰਕਰੀਟਿੰਗ ਕਰਨਾ, ਰੀਮੋਡਲਿੰਗ ਹੈ ਇਹਨਾਂ ਦੀ ਜਿਹੜੀ ਇੱਥੇ ਭਾਵਨਾ ਹੈ, ਇਹ ਕਿਉਂ ਕਰ ਰਹੇ ਆ? ਉਹ ਭਾਵਨਾ ਇਹਨਾਂ ਨੂੰ ਦੱਸਣੀ ਚਾਹੀਦੀ ਲੋਕਾਂ ਨੂੰ ਕਿ 50 ਸਾਲ ਤਾਂ ਨਹਿਰਾਂ ਚੱਲਦੀਆਂ ਹੋਈਆਂ, ਅੱਜ ਇਹਨਾਂ ਨੂੰ ਕੀ ਹੋ ਗਿਆ? ਅੱਜ ਇਹ ਕਿਉਂ ਸਿੰਥੈਟਿਕ ਕਰ ਰਹੇ ਆ? ਕਿਉਂ ਰੀਮੋਡਲਿੰਗ ਕਰ ਰਹੇ ਆ? ਕਿਹੜਾ ਪੈਟਰਨ ਹੈ? ਕਿਹੜਾ ਟੈਕਨੀਕਲ ਹੈ? ਇਹ ਸਾਰੇ ਦਾ ਸਾਰਾ ਜੋ ਕੁਛ ਕਰ ਰਹੇ ਆ, ਇਹ ਮੈਂ ਕਿਸੇ ਨੂੰ ਐਲੀਗੇਸ਼ਨ ਤਾਂ ਨਹੀਂ ਲਾਉਂਦਾ, ਪਰ ਜਿਹੜੇ ਏ ਸੀ ਕਮਰੇ 'ਚ ਬੈਠ ਕੇ ਕਰ ਰਹੇ ਆ, ਉਹਨਾਂ 'ਤੇ ਐਲੀਗੇਸ਼ਨ ਨਹੀਂ, ਇਹ ਉਹਨਾਂ 'ਤੇ ਇੱਕ ਘਿਨਾਉਣਾ ਪਾਪ ਕਰ ਰਹੇ ਆ, ਕਿਉਂਕਿ ਜੇ ਥੱਲੇ ਪਾਣੀ ਨਹੀਂ ਜਾਣਾ, ਬਾਰਿਸ਼ਾਂ ਸਾਡੇ ਹੁੰਦੀਆਂ ਨਹੀਂ, ਬਾਰਿਸ਼ਾਂ ਕਿੰਨੀਆਂ ਕੁ ਹੁੰਦੀਆਂ, ਪਾਣੀ ਸਬਸੋਇਲ ਵਾਟਰ ਕਿਵੇਂ ਹੋਊਗਾ? ਰੇਨ ਵਾਟਰ ਹਰਵੈਸਟਿੰਗ ਹੈ ਨਹੀਂ ਗੀ, ਰੇਨ ਵਾਟਰ ਹਰਵੈਸਟਿੰਗ ਤਾਂ ਹੋਊਗੀ ਜੇ ਮੀਂਹ ਪੈਂਦੇ ਹੋਣ, ਮੀਂਹ ਤਾਂ ਪੈਂਦੇ ਨਹੀਂ। ਆਹ ਪਾਣੀ ਸਾਡਾ ਜ਼ਮੀਨ 'ਚ ਜਾਣ ਨਹੀਂ ਦੇਣਾ, ਇਰੀਗੇਸ਼ਨ ਲਈ ਸਾਨੂੰ ਦੇਣਾ ਨਹੀਂ। ਉਹ ਵੀ ਕਹਿੰਦੇ ਆਪਦਾ ਇਸ ਨਹਿਰ 'ਚੋਂ ਚੱਕ ਕੇ ਪਾਣੀ ਦੂਜੇ ਉਹ ਨਹਿਰ ਟਪਾ ਕੇ ਲੈ ਜਾਓ। ਕਿੰਨਾ ਕੁ ਪਾਣੀ ਹੈ ਇਹਦੇ 'ਚ? ਇਹਦੇ 'ਚ 30% ਹੈ, 70% ਤਾਂ ਫੇਰ ਲੈ ਗਏ, ਜਦੋਂ ਕਿ 30% ਨਾਲ ਕਿੰਨਾ ਕੁ ਅਸੀਂ ਕਰਾਂਗੇ? ਅਸੀਂ ਕੀ ਕਰਾਂਗੇ? ਪਾਣੀ ਪੀਵਾਂਗੇ ਕਿ ਨਹਾਵਾਂਗੇ ਕਿ ਪਸ਼ੂਆਂ ਨੂੰ ਪਿਆਵਾਂਗੇ ਕਿ ਫਸਲਾਂ ਨੂੰ ਲਾਵਾਂਗੇ? ਇਹਨਾਂ ਦਾ ਇਸ ਕਰਕੇ ਮੇਰਾ ਥੋੜ੍ਹਾ ਇਮੋਸ਼ਨਲ ਹੋ ਗਿਆ, ਕਿਉਂਕਿ ਪਾਣੀ ਦਾ ਮਸਲਾ ਜੀਵਨ ਹੈ, ਔਰ ਸ਼ਹਿਰ ਹੋਵੇ ਪਿੰਡ ਹੋਵੇ ਜੀਵਨ ਹੈ। ਇਸ ਕਰਕੇ ਜਿਹੜਾ ਰਾਜਸਥਾਨ ਕਨਾਲ ਹੈ, ਮੈਂ ਅੱਜ ਦਾ ਜਿਹੜਾ ਰੀਮੋਡਲਿੰਗ ਦਾ ਇਸ਼ੂ ਹੈ, ਉਸ 'ਤੇ ਬੜਾ ਮੇਰਾ ਸੀਰੀਅਸ ਹੈ ਥਿੰਕਿੰਗ ਕਿ ਰੀਮੋਡਲਿੰਗ ਨਹੀਂ ਹੋਣੀ ਚਾਹੀਦੀ। ਜਿਵੇਂ ਕੁਝ ਲੋਕ ਇਹ ਵੀ ਕਹਿ ਰਹੇ ਨੇ ਜੀ ਕਿ ਨਹਿਰਾਂ ਪੱਕੀਆਂ ਹੋਣੀਆਂ ਚਾਹੀਦੀਆਂ ਨੇ, ਉਹਨਾਂ ਦਾ ਇਹ ਕਹਿਣਾ ਕਿ ਸਾਡੇ ਘਰਾਂ ਦੇ ਵਿੱਚ, ਸਾਡੇ ਖੇਤਾਂ ਵਿੱਚ ਸੇਮ ਆਉਂਦੀ ਹੈ, ਤਾਂ ਫਿਰ ਉਹਦਾ ਕੀ ਕਨੈਕਸ਼ਨ ਹੈ ਜੀ? ਕੀ ਲੱਗਦਾ ਕਿ ਉਹ ਗੱਲ ਉਹ ਸੱਚੇ ਨੇ ਉਹ ਵੀ? ਦੇਖੋ, ਜਿਹੜਾ ਸੇਮ ਕਹਿ ਰਹੇ ਨੇ ਨਾ, ਸੇਮ ਇੱਕ ਨੈਚੁਰਲ ਫਨਾਮਨਾ, ਅੰਗਰੇਜ਼ੀ ਦੀ ਕਹਾਵਤ ਆ ਸਾਡੀ, ਵਾਟਰ ਕੀਪਸ ਇਟਸ ਲੈਵਲ। ਜਿਵੇਂ ਅਸੀਂ ਕਿਤੇ ਪਾਣੀ ਡੋਲ ਦਈਏ, ਉਹ ਨੀਵੇਂ ਥਾਂ 'ਤੇ ਜ਼ਿਆਦਾ ਜਮ੍ਹਾਂ ਹੋ ਜਾਂਦਾ, ਉੱਚੇ ਥਾਂ ਤੋਂ ਉਹ ਤਿਲਕ ਜਾਂਦਾ। ਸੇਮ ਜਿਵੇਂ ਹਵਾ ਚੱਲਦੀ ਆ ਸਾਡੀ ਧਰਤੀ 'ਤੇ, ਹਵਾ ਚੱਲਦੀ ਹੈ, ਇਸੇ ਤਰ੍ਹਾਂ ਜ਼ਮੀਨ ਦੇ ਥੱਲੇ ਪਾਣੀ ਦੀਆਂ ਸਤਹਾਂ ਚੱਲਦੀਆਂ, ਵੇਵਸ ਚੱਲਦੀਆਂ,
तो पानी आप देखा होना कि जिहड़ा धरती का थले परमात्मा नूं पता है कि धरातल है कि सख्त लेयर है जमीन की कि रेता ही रेता है जिथे रेता ही रेता हों उत्थे पानी छेती जीर जाता जिथे धरातल सख्त आ जाता रस्ते उत्थे पानी हौली हौली जीरदा उत्थे पानी खड़ भी जाता सेम नहीं सेम किया जा सकता है नैचुरल फनामना पानी का थले फ्लो ऑफ वाटर है जिहड़ा पानी दे लेयर चल रही है जिहड़ा ये कह रहे सेम नहरां करके नहरां करके सेम कित्थे है अज तो 50 साल दी नहरां तो चलदी 83 की चलती है जिहड़ी आ सराय नागा कोले सेम सी उत्थे किहड़ी नहर चलती सी संगरूर कोले सेम सी तुसीं जिथे गुरुद्वारा परमेश्वर द्वार बनिया तुसीं देखा होना किन्ने 100 एकड़ जमीन सारी सेम सी उह किधर गई क्योंकि लेयर जिहड़ी थले पानी दीआं जिहड़ीआं लेयर्स चलदीआं ना जां जिहनूं कहिंदे फ्लो ऑफ वाटर चलदा जां कपिलर रिएक्शन है उह फ्लो करदा रहिंदा है इस करके जिहड़ा ए उहनां नूं ए जचाउणा कि जे नहरां पक्कीआं होईआं तो फिर शायद सेम हड़जू नहीं ये मेरी जो मेरी समझ है जिन्ना क मैं 50 साल पहला पढ़ाई की है ज मेरे जेन च आया उदू बाद भी समय समय तो मैं ये लगता ये सिर्फ तो सिर्फ नहर पक्या रीमॉडलिंग कर ली एक बहाना है जी तो फिर अखीर गलबात कंकलूड करते हैं जी पंजाब के शहरी पंजाब के किसान जिमें कि जल जीवन बचाओ मोर्चा भी बनया होया फिर ये पानी की लड़ाई कितों तक लड़ना चाहिए देखो पानी की लड़ाई तो उतों तक लड़ना चाहिए जितों तक के जीवन है जीवन इन्होंने भी पानी ना दे के तो सानू मरना ही जीवन खत्म है ये जिहड़ा जीवन खत्म कर रहे हैं पाप कर रहे हैं इन्हों लड़ना नहीं कहा जा सकता बचण लई दे शिवा बरमोहे है शुभ कर्म दे कबूल ना टरो ना टरो और स्यों जब जाए लरो निश्चय कर अपनी जीत करो ये अपना कोई हक नहीं बचण लई सरवाइव कर ली स्ट्रगल हर कोई करता ये स्ट्रगल है ना कि इस लई लड़ाई है स्ट्रगल करना तो जीवन लई स्ट्रगल करते हैं असी रोजी रोटी लई भी स्ट्रगल करते हैं असी जीवन लई भी स्ट्रगल करते हैं सड़कां ते मूव करते हैं असी जदों ट्रैफिक तो बचण लई भी स्ट्रगल करते हैं तो सरकार तो स्ट्रगल करन दी साडी आशा नहीं सरकार नूं तो सिर्फ यही अपील की जा सकती तुसीं सोचो लोगों नूं सुनो पानी देखो भी लोग मान लो एक बार मेरी कोई भावना होर हो सकती है तुहाडी होर हो सकती है पर तुसीं सुनो विचारो विचार के इस एक्शन करो आ जिहड़ियां हुण नहरां ने तुसीं देखिया भी जिहड़ा पानी लिफ्ट करके दूजे पासे लिजा रहे आ ये नहरां दे पुल टुट्टण वाले आ चार रोड ते पुल टुट गया तुसीं आ हुण देखो आ जिहड़ी सड़क है सड़क ते क्रैक डिवेलप हो चुके ने ब्रिजस दे क्रैक डिवेलप हो रहे आ और हो गए ने ते इहनां की सोचदे आ ये डेड लोड पिया होया इहनां नूं सोचणा चाहीदा सरकार नूं अपील है सरकार को जिहड़ा आम जनता दो पक्ष रखती है एक अपील दूजी दलील ते तीजी तो फिर यह है भी जब जवाक रुसया हों यही कहता भी तुम तो साड़ी गल नहीं सुन दे हुण सुनाउण दा इको एक तरीका भी असं रौला पा लैने रौला पाओगे फिर तो सुनोगे फिर दो लोग होर भी आके कहणगे भी क्यों रौला पाउंदे आ उह कहणगे जी पानी मंगदे ला पानी का कहड़ा असी कोई घरे थोड़ो लैके जाणा हरेक नूं चाहीदा जिहड़ा कोई ये साडे कोल चल के आउणगे फरीदकोट इन्हां नूं पानी फिर उही पियावांगे जिहड़ा असीं पीने आ इस करके असी तो मंग नहीं करते असी अपील करते हैं कि यह जिहड़ा पानी है परकूलेशन हुंदी है सीपेज हुंदी है इहदी जिहड़ी रीमॉडलिंग च ना करो इस तो तुसीं ग्रेज करो पानी जांदा है हाँ एक तुसीं विशा होर लिया भी टेलां वाले कहिंदे भी सानूं पानी नहीं मिलता राइट टेलां वाले कहिंदे पानी नहीं मिलता जिहड़े राजस्थान वाले लिजा रहे है 445 किलोमीटर ब्रिकलाइनिंग करके 70% पंजाब का पानी लैके जा रहे हैं इन्होंने गांह पता की किया 250 किलोमीटर लंबी पाइपलाइन पा के 37,000 करोड़ की रिफाइनरी पानी 6 मिलियन गैलन पर डे इन्होंने देना वो किवें लिजाते हैं टेल पर डे 250 किलोमीटर पाइपलाइन पा के और लिजा रहे वह किवें लिजा रहे वो टेलों तो भी गांह टेलों की टेल लै गए वह तो कितों तक लै गए 250 किलोमीटर टेलों से क्यों नहीं पानी पहुँचूगा टेलों से पानी पहुँचूगा हूँ भी पहुँचूगा आ देख लो नहर साफ की ने इन्होंने जदों दिन 83 दिन नहर बनिया इन्हों दस कि इन्हें सफाई की है बर्मस सारे जोड़े आ टुटे पे ने यह तो रिपेयर ही नहीं करते बर्मस घा उगड़िया होया घा साफ कर नहर तो साफ नहीं करना तो मुड़ के जोड़ा पानी बंद कर दौ जो थले की सीपेज बंद कर दौ नहीं चाहिए मेरी अपील और दलील है बहुत बहुत धन्यवाद सो आप गलबात की है पंजाब के पानिया बारे
जो रीमॉडलिंग की जा रही है, नहरां पक्कियां कीतियां जा रही, उहदे बारे कुछ लोगों की दलील आ कि साडियां टेलां तक पानी नहीं पहुँचता जां सेम दी समस्या उहदे नाल हल हो जाएगी, तो गल इस तरीके नाल नहीं है। बहुत वड्डी पद्धर ते पानी की लुट उह पंजाब तो हो रही है। पंजाब का पानी, पंजाब रिपेरियन स्टेट आ पर दूजे सूबे लैके जा रहे हैं। सरकार नूं जरूर सोचना चाहिए, आम शहरी भी लड़ रहे हैं, किसान भी लड़ रहे हैं। सो जेकर तुसीं इस गल नाल सहमत हो तो जरूर इस वीडियो नूं सांझी करो। जे अपनी कोई टिप्पणी हुई, कोई राय सुझाव, कोई सवाल, वह भी जरूर कमेंट बॉक्स में लिखो। जे देखते रहो दुनिया।